ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਪੰਜਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 6 ਆਓ ਰਲ ਮਿਲ ਕੇ ਰੁੱਖ ਲਗਾਈਏ ਇਸ ਪਾਠ ਨੂੰ ਪੜ੍ਹਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਤੁਸੀਂ ਸਾਰੀ ਵੀਡੀਓ ਦੇਖਣੀ ਹੈ ਅਤੇ ਇਸ ਤੋਂ ਇਲਾਵਾ ਹੋਰ ਪਾਠਾਂ ਦੇ ਪ੍ਰਸ਼ਨ ਉੱਤਰ ਕਰਨ ਲਈ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ ਹੈ ਉਸ ਤੇ ਕਲਿੱਕ ਕਰੋ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਮਿਲ ਜਾਣਗੇ ਆਓ ਰਲ ਮਿਲ ਕੇ ਰੁੱਖ ਲਗਾਈਏ ਪਰਦੂਸ਼ਨ ਨੂੰ ਦੂਰ ਭਜਾਈਏ ਬੱਦ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਲਾਲਚ ਬਸਨਾ ਵੱਢੀਏ ਰੁੱਖ ਰੁੱਖਾਂ ਤੋਂ ਸੋ ਮਿਲਦੇ ਸੁੱਖ ਚਾਰ ਚੁਫੇਰੇ ਮਹਿਕਾਂ ਵੰਡਣ ਇਹਨਾਂ ਦੇ ਨਾਲ ਸਾਂਝਾ ਪਾਈਏ ਆਓ ਰਲ ਮਿਲ ਕੇ ਰੁੱਖ ਲਗਾਈਏ ਇੱਕ ਵੱਡੋ ਤਾਂ ਲਾਓ ਚਾਰ ਰੁੱਖਾਂ ਬਿਨਾ ਰੁਸ ਜਾਏ ਬਹਾਰ ਰੁੱਖਾਂ ਨਾਲ ਹੀ ਖੁਸ਼ੀਆਂ ਖੇੜੇ ਇਹਨਾਂ ਦੀ ਸਭ ਖੈਰ ਮਨਾਈਏ ਆਓ ਰਲ ਮਿਲ ਰੁੱਖ ਲਗਾਈਏ ਰੁੱਖ ਹੀ ਸ਼ੁੱਧ ਹਵਾ ਦਿੰਦੇ ਹਨ ਜੜੀਆਂ ਬੂਟੀਆਂ ਫਲ ਦਿੰਦੇ ਹਨ ਮੀਂਹ ਤੁਪ ਝਖੜੋਂ ਕਰਦੇ ਰਾਖੀ ਇਹਨਾਂ ਦੀ ਰਲ ਹੋਂਦ ਬਚਾਈਏ ਆਓ ਰਲ ਮਿਲ ਰੁੱਖ ਲਗਾਈਏ ਰੁੱਖ ਹਨ ਠੰਡੀਆਂ ਛਾਵਾਂ ਦਿੰਦੇ ਪੂੰਖੋਰ ਹੜ ਤੋਂ ਹੀ ਬਚਾਉਂਦੇ ਪੰਛੀਆਂ ਦੇ ਲਈ ਰਹਿਣ ਬਸੇਰਾ ਲੱਕੜ ਕੀਮਤੀ ਇਹਨਾਂ ਤੋਂ ਪਾਈਏ ਆਓ ਰਲ ਮਿਲ ਰੁੱਖ ਲਗਾਈਏ ਪ੍ਰਦੂਸ਼ਣ ਨੂੰ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਾ ਕੇ ਹਰ ਥਾਂ ਹਰਾ ਭਰਾ ਪੰਜਾਬ ਬਣਾਈਏ ਆਓ ਖੇ ਸ਼ਬਦਾਂ ਦੇ ਅਰਥ ਸੰਜਾਂ ਸੰਜਾਂ ਦਾ ਅਰਥ ਹੁੰਦਾ ਹੈ ਹਿੱਸੇਦਾਰੀਆਂ ਖੈਰ ਖੈਰ ਦਾ ਅਰਥ ਹੁੰਦਾ ਹੈ ਭਲਾ ਸ਼ੁੱਧ ਸ਼ੁੱਧ ਦਾ ਅਰਥ ਹੁੰਦਾ ਹੈ ਸਾਫ਼ ਹੋੰਦ ਹੋੰਦ ਦਾ ਅਰਥ ਹੁੰਦਾ ਹੈ ਮੌਜੂਦ ਹੋਣਾ ਬਹਾਰ ਬਹਾਰ ਦਾ ਅਰਥ ਹੁੰਦਾ ਹੈ ਖੁਸ਼ੀ ਪੂੰਖਰ ਮਿੱਟੀ ਦਾ ਖੁਰਨਾ ਚਖੜ ਤੇਜ਼ ਹਵਾਵਾਂ ਹੁਣ ਬੱਚਿਓ ਆਪਾਂ ਇਸ ਦਾ ਅੱਗੇ ਪਾਠ ਵਿਆਸ ਕਰਦੇ ਹਾਂ ਕੁਝ ਹੋਰ ਯਾਦ ਰੱਖਣ ਜੋ ਗੱਲਾਂ ক্রিকেট ਦਾ ਬੱਲਾ ਬਣਾਉਣ ਲਈ ਵੀ ਲੋਹੇ ਨਾਂ ਦੇ ਦਰੱਖਤ ਦੀ ਲੱਕੜੀ ਵਰਤੀ ਜਾਂਦੀ ਹੈ ਬੇਸਬਾਲ ਦਾ ਬੱਲਾ ਬਣਾਉਣ ਲਈ ਹਿਕਰੀ ਨਾਂ ਦੇ ਦਰਖਤ ਦੀ ਲੱਕੜੀ ਵਰਤੀ ਜਾਂਦੀ ਹੈ। ਸੇਬ ਵਿੱਚ 25% ਪਾਣੀ ਹੁੰਦਾ ਹੈ। ਇਸੇ ਕਾਰਨ ਇਹ ਫਲ ਪਾਣੀ ਤੇ ਤੈਰਦਾ ਤਰਦਾ ਰਹਿੰਦਾ ਹੈ। ਬਾਸ ਦਾ ਦਰਖਤ ਇੱਕ ਦਿਨ ਵਿੱਚ 25-35 ਇੰਚ ਤੱਕ ਵੱਧ ਸਕਦਾ ਹੈ। ਪਾਠ ਵਿਆਸ ਜਵਾਨੀ ਪ੍ਰਸ਼ਨ ਨੰਬਰ 1 ਰੁੱਖ ਕਿਸ ਚੀਜ਼ ਨੂੰ ਦੂਰ ਕਰਦੇ ਹਨ? ਉੱਤਰ ਹੈਗੇ ਰੁੱਖ ਪ੍ਰਦੂਸ਼ਣ ਨੂੰ ਦੂਰ ਕਰਦੇ ਹਨ ਪਹਿਲੇ ਦਾ ਉੱਤਰ ਲਿਖਣਾ ਬੱਚਿਓ ਰੁੱਖ ਪ੍ਰਦੂਸ਼ਣ ਨੂੰ ਦੂਰ ਕਰਦੇ ਹਨ ਹੁਣ ਆਪਾਂ ਦੂਜਾ ਪ੍ਰਸ਼ਨ ਦੇਖਦੇ ਹਾਂ ਜੇਕਰ ਰੁੱਖ ਵਧਣਾ ਪਵੇ ਤਾਂ ਕੀ ਕਰਨਾ ਚਾਹੀਦਾ ਹੈ ਉੱਤਰ ਇੱਕ ਰੁੱਖ ਵਧਣ ਬਦਲੇ ਸਾਨੂੰ 4 ਰੁੱਖ ਲਾਉਣੇ ਚਾਹੀਦੇ ਹਨ ਕਿੰਨੇ ਰੁੱਖ ਲਾਉਣੇ ਚਾਹੀਦੇ ਨੇ ਬੱਚਿਓ 4 ਰੁੱਖ ਇਹ ਦੂਜੇ ਪ੍ਰਸ਼ਨ ਦਾ ਉੱਤਰ ਹੈਗੇ ਨੰਬਰ 3 ਅਸੀਂ ਹਰ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ ਅਸੀਂ ਪੰਜਾਬ ਨੂੰ ਹਰਾ-ਭਰਾ ਕਿਵੇਂ ਬਣਾ ਸਕਦੇ ਹਾਂ ਉੱਤਰ ਹੈਗੇ ਅਸੀਂ ਵੱਧ ਤੋਂ ਵੱਧ ਰੁੱਖ ਲਾ ਕੇ ਹਰਾ-ਭਰਾ ਪੰਜਾਬ ਬਣਾ ਸਕਦੇ ਹਾਂ ਅਸੀਂ ਪੰਜਾਬ ਨੂੰ ਵੱਧ ਤੋਂ ਵੱਧ ਰੁੱਖ ਲਾ ਕੇ ਹਰਾ-ਭਰਾ ਬਣਾ ਸਕਦੇ ਹਾਂ ਇਸ ਤੋਂ ਬਾਅਦ ਚੌਥਾ ਨੰਬਰ ਹੈਗਾ ਕਵਿਤਾ ਨੂੰ ਲੈ ਵਿੱਚ ਗਾਓ ਇਹ ਵਿੱਚੋਂ ਤੁਸੀਂ ਖੁਦ ਗਾਉਣੀ ਹੈ ਲੈ ਦੇ ਵਿੱਚ ਆੜਾ ਭਾਗ ਕਵਿਤਾ ਵਿੱਚੋਂ ਹੇਠ ਲਿਖੇ ਪੈਰੇ ਵਿੱਚੋਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ ਇੱਕ ਵੱਡਾ ਤਾਂ ਲਾਓ ਚਾ ਇੱਕ ਵੱਡੋ ਤਾਂ ਲਾਓ ਚਾਰ ਇਹਨਾਂ ਦੀ ਹੋਂਦ ਬਚਾਈਏ ਨੰਬਰ 1 ਪ੍ਰਸ਼ਨ ਹੈਗੇ ਸਾਨੂੰ ਕਿਸ ਦੀ ਖੈਰ ਮਨਾਉਣੀ ਚਾਹੀਦੀ ਹੈ ਸਾਨੂੰ ਰੁੱਖਾਂ ਦੀ ਖੈਰ ਮਨਾਉਣੀ ਚਾਹੀਦੀ ਹੈ ਨੰਬਰ 2 ਸਾਨੂੰ ਰੁੱਖਾਂ ਤੋਂ ਕੀ ਕੀ ਮਿਲਦਾ ਹੈ ਬੱਚਿਓ ਆਪਾਂ ਨੂੰ ਰੁੱਖਾਂ ਤੋਂ ਕੀ ਕੀ ਮਿਲਦਾ ਸਾਨੂੰ ਰੁੱਖਾਂ ਤੋਂ ਫਲ ਫੁੱਲ ਜੜੀਆਂ ਬੂਟੀਆਂ ਘਰ ਬਣਾਉਣ ਲਈ ਲੱਕੜ ਠੰਡੀਆਂ ਹਵਾਵਾਂ ਅਤੇ ਆਕਸੀਜਨ ਮਿਲਦੀ ਹੈ। ਇਹ ਤੋਂ ਬਾਅਦ ਹੈਗੇ ਬੱਚਿਓ ਮਿਲਾਉਣ ਚਿੰਨ। ਆਪਾਂ ਨੇ ਮਿਲਾਉਣ ਕਰਨੇ ਨੇ ਵਿਰੋਧੀ ਸ਼ਬਦਾਂ ਦਾ ਮਿਲਾਣ ਕਰਨਾ ਹੈ। ਠੀਕ ਹੈ? ਦੂਰ, ਦੂਰ ਦਾ ਉਲਟ ਕੀ ਹੁੰਦਾ? ਨੇੜੇ। ਸੁਖ, ਦੁੱਖ। ਵਧਣਾ, ਲਾਉਣਾ। ਰੁਸਣਾ, ਮਨਾਉਣਾ। ਸ਼ੁੱਧ, ਅਸ਼ੁੱਧ। ਬਾਦ, ਕਟ। ਸਮਝ ਅਧਾਰਿਤ ਸਿਰਜਣਾ ਸਜਨਾਤਮਕ ਪੱਖ ਦਰਖਤਾਂ ਦੀ ਦਰਖਤਾਂ ਦੇ ਨਾਂ ਲਿਖਣੇ ਨੇ ਬੱਚਿਓ ਆਪਾਂ ਕਾਦੇ ਕਾਦੇ ਦਰਖਤ ਹੁੰਦੇ ਨੇ ਅੰਬ ਦਾ ਦਰਖਤ ਠੀਕ ਹੈ ਨਿੰਮ ਦਾ ਦਰਖਤ ਬੋਹੜ ਕਿੱਕਰ ਟਾਲੀ ਜਾਮਣ ਠੀਕ ਹੈ ਹੋਰ ਵੀ ਤੁਸੀਂ ਲਿਖ ਸਕਦੇ ਹੋ ਜਿਵੇਂ ਸਪੈਦਾ ਠੀਕ ਹੈ ਹੋਰ ਵੀ ਬਹੁਤ ਸਾਰੇ ਦਰਖਤ ਨੇ ਆਪਣੇ ਆਲੇ ਦੁਆਲੇ ਉਹਨਾਂ ਦੇ ਨਾਂ ਤੁਸੀਂ ਲਿਖ ਸਕਦੇ ਹੋ ਹੇਠ ਲਿਖੇ ਚਿੱਤਰਾਂ ਵਿੱਚ ਰੰਗ ਭਰੋ। ਬੱਚੇ ਦਰੱਖਤ ਦਾ ਚਿੱਤਰ ਹੈ ਠੀਕ ਹੈ ਇਹਦੇ ਵਿੱਚ ਤੁਸੀਂ ਰੰਗ ਭਰਨੇ। ਰੁੱਖ ਰੁੱਖਾਂ ਦੀ ਮਹੱਤਤਾ ਬਾਰੇ ਇੱਕ ਲੇਖ ਲਿਖੋ। ਬੱਚੇ ਜਿਹੜਾ ਲੇਖ ਹੈ ਰੁੱਖਾਂ ਦੀ ਮਹੱਤਤਾ ਬਾਰੇ ਹੈ ਹੁਣ ਆਪਾਂ ਇਸ ਨੂੰ ਪੜ੍ਹਦੇ ਹਾਂ। ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਤੇ ਹੁਣ ਆਪਾਂ ਇਸ ਨੂੰ ਪੜ੍ਹਦੇ ਹਾਂ। ਰੁੱਖ ਸਾਡੇ ਜੀਵ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਮਨੁੱਖਾਂ ਸਮੇਤ ਜਿੰਨੇ ਜੀਵ ਤਰਤੀ ਉੱਤੇ বাসਦੇ ਹਨ ਉਹਨਾਂ ਦਾ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ ਰੁੱਖ ਸਾਡੀਆਂ ਤਿੰਨ ਲੋੜਾਂ ਕੁੱਲੀ ਗੁੱਲੀ ਅਤੇ ਜੁੱਲੀ ਨੂੰ ਪੂਰਾ ਕਰਦੇ ਹਨ ਭੋਜਨ ਲਈ ਅੰਨ ਫਲ ਸਬਜ਼ੀਆਂ ਆਦ ਸਭ ਕੁਝ ਸਾਨੂੰ ਰੁੱਖਾਂ ਤੋਂ ਹੀ ਪ੍ਰਾਪਤ ਹੁੰਦਾ ਹੈ ਸਹਤੂਤ ਦੇ ਰੁੱਖਾਂ ਤੇ ਪਲਣ ਵਾਲਾ ਰੇਸ਼ਮ ਦਾ ਕੀੜਾ ਸਾਨੂੰ ਰੇਸ਼ਮ ਦਿੰਦਾ ਹੈ ਜਿਸ ਤੋਂ ਸਾਡੇ ਲਈ ਕੀਮਤੀ ਕੱਪੜਾ ਬਣਦਾ ਹੈ ਰੁੱਖ ਹੀ ਸਾਨੂੰ ਖਾਣ ਲਈ ਸੁਆਦੀ ਫਲ ਦਿੰਦੇ ਹਨ ਇਹਨਾਂ ਤੋਂ ਹੀ ਸਾਨੂੰ ਸ਼ਹਿਦ ਪ੍ਰਾਪਤ ਹੁੰਦਾ ਹੈ ਸਾਡੇ ਸਿਰਾਂ ਨੂੰ ਢੱਕਣ ਲਈ ਮਕਾਨ ਬਣਾਉਣ ਲਈ ਵੀ ਸਾਨੂੰ ਲੱਕੜੀ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਸਾਨੂੰ ਰੁੱਖਾਂ ਤੋਂ ਪ੍ਰਾਪਤ ਹੁੰਦੀ ਹੈ ਇਸ ਤੋਂ ਇਲਾਵਾ ਤੁਪ ਤੇ ਮੀਂਹ ਤੋਂ ਵੀ ਸਾਨੂੰ ਰੁੱਖ ਰੁੱਖ ਹੀ ਬਚਾਉਂਦੇ ਹਨ ਰੁੱਖ ਸਾਹ ਲੈਣ ਲਈ ਹਵਾ ਨੂੰ ਸਾਫ਼ ਕਰਦੇ ਹਨ ਜੋ ਕਿ ਸਾਡੇ ਜੀਵਨ ਦਾ ਆਧਾਰ ਹੈ ਰੁੱਖ ਸਾਡੇ ਲਈ ਬਰਖਾ ਦਾ ਕਾਰਨ ਬਰਖਾ ਦਾ ਕਾਰਨ ਵੀ ਬਣਦੇ ਹਨ ਇੱਥੇ ਕਾਰਨ ਲਿਖਿਆ ਜਾਏਗਾ ਠੀਕ ਕ ਖ ਕ ਨ ਰ ਰ ਨਾ ਕਾਰਨ ਵੀ ਬਣਦੇ ਹਨ ਤੇ ਇਹ ਪਜਾਉ ਮਿੱਟੀ ਨੂੰ ਰੁੜਨ ਤੋਂ ਵੀ ਬਚਾਉਂਦੇ ਹਨ ਰੁੱਖਾਂ ਦੇ ਪੱਤੇ ਤੇ ਹੋਰ ਹਿੱਲੇ ਰਸ ਹੋਰ ਹਿੱਲੇ ਗਲ ਸੜ ਕੇ ਹੋਰ ਹਿੱਸੇ ਹੋਰ ਹਿੱਸੇ ਗਲ ਸੜ ਕੇ ਖਾਦ ਬਣ ਜਾਂਦੇ ਹਨ ਜੋ ਕਿ ਹੋਰਨਾਂ ਪੌਦਿਆਂ ਦੀ ਖੁਰਾਕ ਬਣਦੀ ਹੈ ਰੁੱਖਾਂ ਦੇ ਪੱਤੇਆਂ ਫੁੱਲਾਂ ਛਿੱਲਣਾ ਤੇ ਜੜਾਂ ਤੋਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਹਨ ਰੁੱਖ ਸਾਡੇ ਆਲੇ ਦੁਆਲੇ ਨੂੰ ਹਰਾ ਭਰਿਆ ਤੇ ਸੁੰਦਰ ਵੀ ਬਣਾਉਂਦੇ ਹਨ ਇਹਨਾਂ ਦੇ ਫੁੱਲ ਦਿਲ ਨੂੰ ਖਿੱਚਦੇ ਹਨ ਤੇ ਮਹਿਕਾਂ ਖਿਲਾਰਦੇ ਹਨ ਇਸ ਪ੍ਰਕਾਰ ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹਾਨਤਾ ਹੈ ਸਾਨੂੰ ਰੁੱਖਾਂ ਨੂੰ ਵਧਣਾ ਨਹੀਂ ਚਾਹੀਦਾ ਅਤੇ ਇਹਨਾਂ ਨੂੰ ਵੱਧ ਤੋਂ ਵੱਧ ਲਾ ਕੇ ਇੰਨਾ ਦੀ ਪਾਦਣਾ ਕਰਨੀ ਚਾਹੀਦੀ ਹੈ ਤਾਂ ਬੱਚਿਓ ਰੁੱਖਾਂ ਬਾਰੇ ਜੋ ਤੁਸੀਂ ਲਿਖ ਲਿਖਿਆ ਇਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਰੁੱਖਾਂ ਤੋਂ ਸਾਨੂੰ ਕੀ ਕੀ ਲਾਭ ਨੇ ਅਤੇ ਸਾਨੂੰ ਇਹਨਾਂ ਨੂੰ ਵੱਧ ਤੋਂ ਵੱਧ ਲਾਉਣਾ ਚਾਹੀਦਾ ਹੈ ਤਾਂ ਬੱਚਿਓ ਇਹ ਪਾਠ ਸਾਡਾ ਕੰਪਲੀਟ ਹੋ ਚੁੱਕਿਆ ਹੈ ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਇਸ ਤੋਂ ਇਲਾਵਾ ਜਿਹੜੇ ਤੁਸੀਂ ਹੋਰ ਪਾਠਾਂ ਦੇ ਪ੍ਰਸ਼ਨ ਉੱਤਰ ਕਰਨੇ ਨੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਇਸ ਚੈਨਲ ਦੇ ਉੱਤੇ ਪਾ ਦਿੱਤੇ ਗਏ ਨੇ ਸਾਰੇ ਸਬਜੈਕਟ ਪਾਵਾਂਗੇ ਠੀਕ ਹੈ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਕਰ ਸਕਦੇ ਹੋ ਜੇ ਸਾਡੇ ਲਈ ਕੋਈ ਸੁਝਾਅ ਹੋਵੇ ਤਾਂ ਕਮੈਂਟ ਕਰਕੇ ਦੱਸ ਸਕਦੇ ਹੋ ਧੰਨਵਾਦ